ਤੋਂ ਅੰਮ੍ਰਿਤ ਸਿੰਘ ਟੀਵੀ ਸੌਣ ਵਾਲੇ ਜੋ ਕਿ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਦੇ ਦੀਵਾਨਾਂ ਦੇ ਵਿੱਚ ਸੌਣ ਦੀ ਸੇਵਾ ਕਰਦੇ ਹੈ ਉਹ ਵੀ ਆਪਣੇ ਨਗਰ ਤੋਂ ਬੱਸ ਭਰ ਕੇ ਲੈ ਕੇ ਆਏ ਸੰਗਤਾਂ ਦੀ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਵੱਲੋਂ ਧੰਨਵਾਦ ਜੀ ਬਾਬਾ ਬਲਕਰਨ ਸਿੰਘ ਜੀ ਪਹੁੰਚਿਆ ਧੰਨਵਾਦ ਹੈ ਜੀ ਬਲਕਰਨ ਸਿੰਘ ਜੀ ਡੰਬਵਾਲੀ ਤੋਂ ਪਹੁੰਚਿਆ ਧੰਨਵਾਦ ਸਿੱਧੇਵਾਲਾ ਤੋਂ ਸੰਗਤਾਂ ਪਹੁੰਚੀਆਂ ਭਾਈ ਸੁਖਦੇਵ ਸਿੰਘ ਜੀ ਮੇਰੇ ਪਹੁੰਚੇ ਹੈ ਜਿੱਥੇ ਤਰਨ ਕਰਕੇ ਹਾਜ਼ਰੀਆਂ ਭਰ ਰਹੇ ਉੱਥੇ 2200 ਰੁਪਏ ਪ੍ਰਬੰਧਾਂ ਦੇ ਲਈ ਵੀ ਦੇ ਕੇ ਗਏ ਧੰਨਵਾਦ ਹੈ ਜੀ ਭਾਈ ਗੁਰਿੰਦਰਪਾਲ ਸਿੰਘ ਜੀ ਸਿੱਖ ਨੌਜਵਾਨ ਸਭਾ ਜਲੰਧਰ ਵੱਲੋਂ ਸਾਡੇ ਵਿਚਕਾਰ ਪਹੁੰਚੇ ਆਪਣੇ ਸਾਥੀਆਂ ਸਮੇਤ ਜੋ ਕਿ 50-60 ਮੋਟਰਸਾਈਕਲ ਅਤੇ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਵੀ ਲੈ ਕੇ ਪਹੁੰਚੇ ਕਾਫਲੇ ਸਮੇਤ ਆਏ ਹੈ ਬਹੁਤ ਬਹੁਤ ਧੰਨਵਾਦ ਜੀ ਜੀਓ ਆਇਆਂ ਨੂੰ ਸੋ ਮੈਂ ਬੇਨਤੀ ਕਰੂੰਗਾ ਸਿੱਖ ਪਰਵਾੜੀ ਵਿਕਾਸ ਗੁਰਮਤਿ ਕੇਂਦਰ ਡਾਲਾ ਦੇ ਬੱਚਿਆਂ ਨੂੰ ਕਿ ਉਹ ਇੱਕ ਕਵਿਤਾ ਰਾਹੀਂ ਸੰਗਤਾਂ ਦੇ ਨਾਲ ਸਾਥ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਸਤਿਕਾਰ ਵਿੱਚ ਇਕੱਤਰ ਹੋਈ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਹਿਬ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਗਾੜੀ ਦੇ ਧਰਤੀ ਤੇ ਇਨਸਾਫ ਮੋਰਚਾ ਲਗਾਤਾਰ 38 ਦਿਨਾਂ ਤੋਂ ਚੱਲਦਾ ਆ ਰਿਹਾ ਹੈ ਪਿਛਲੇ ਹਫਤੇ ਵੀ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਸ ਦਿਨ ਧਿਆਨ ਸਿੰਘ ਮੰਡ ਹਵਾਰਾ ਅਤੇ ਸਮੂਹ ਸੰਗਤਾਂ ਨੇ ਸਾਨੂੰ ਬਹੁਤ ਬਹੁਤ ਪਿਆਰ ਬਖਸ਼ਿਆ ਜਥੇਦਾਰ ਜੀ ਵੱਲੋਂ ਹੁਕਮ ਹੋਇਆ ਕਿ ਅਗਲੇ ਹਫਤੇ ਇੱਥੇ ਜ਼ਰੂਰ ਹਾਜ਼ਰੀ ਭਰਿਓ ਸੋ ਉਹਨਾਂ ਦੇ ਹੁਕਮ ਮੁਤਾਬਕ ਅਸੀਂ ਇੱਥੇ ਪਹੁੰਚੇ ਹਾਂ ਖਾਲਸਾ ਜੀ ਇਨਸਾਫ ਮੋਰਚਾ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਿਰਦੇਸ਼ਾਂ ਅਨੁਸਾਰ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਹੁਣਾਂ ਦੀ ਸੁਚੱਜੀ ਅਗਵਾਈ ਹੇਠ ਚੜ੍ਹਦੀ ਕਲਾ ਨਾਲ ਚੱਲ ਰਿਹਾ ਹੈ ਸਿੱਖ ਕੌਮ ਬਹਾਦਰ ਸੂਰਬੀਰ ਦਲੇਰਾਂ ਦੀ ਕੌਮ ਹੈ ਜੇਕਰ ਆਮ ਮਨੁੱਖ ਦੀ ਗੱਲ ਕਰੀਏ ਤਾਂ ਮਨੁੱਖ ਲਈ ਸਭ ਤੋਂ ਕੀਮਤੀ ਆਪਣੀ ਜ਼ਿੰਦਗੀ ਹੁੰਦੀ ਹੈ ਜੇਕਰ ਸਿੰਘ ਸੂਰਮਿਆਂ ਦੀ ਗੱਲ ਕਰੀਏ ਤਾਂ ਉਹ ਆਪਣੀਆਂ ਕੀਮਤੀ ਜਵਾਨੀਆਂ ਸਿੱਖ ਕੌਮ ਲਈ ਵਾਰ ਦਿੰਦੇ ਹਨ ਸੋ ਆਓ ਇੱਕ ਐਸੀ ਕਵਿਸ਼ਰੀ ਸਰਵਣ ਕਰੀਏ ਜੀ ਲੜਨਾ ਕੌਮ ਖਾਤਰ ਮਰਨਾ ਕੌਮ ਖਾਤਰ ਉਹ ਜਿਸ ਕੌਮ ਦੀਆਂ ਮੁੱਢ ਤੋਂ ਆਦਤਾਂ ਨੇ ਉਹ ਕੌਮ ਮਰਜ਼ੀ ਬੜੇ ਕਰੇ ਪੈਦਾ ਉਹਨੂੰ ਲਾਉਂਦੀਆਂ ਰੰਗ ਸ਼ਹਾਦਤਾਂ ਨੇ ਉਹਨੂੰ ਲਾਉਂਦੀਆਂ ਰੰਗ ਸ਼ਹਾਦਤਾਂ ਨੇ ਕੌਮ ਦੇ ਹੀਰੇ ਧਰਮ ਦੇ ਰਾਕੇ ਅਸ ਕੇ ਜਾਨਾ ਵਾਰ ਗਏ ਰਾਖੇ ਹੱਸ ਕੇ ਜਾਨਾ ਵਾਰ ਗਏ ਕੌਮ ਦੇ ਹੀਰੇ ਧਰਮ ਦੇ ਰਾਖੇ ਹੱਸ ਕੇ ਜਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਸਿੱਖ ਫੁਲਵਾੜੀ ਨਾਲਾ ਤੋਂ ਬੱਚਿਆਂ ਦਾ ਜੱਥਾ ਆਇਆ, ਬਹੁਤ ਬਹੁਤ ਧੰਨਵਾਦ ਜੀ। ਸੋ ਸਾਡੇ ਵਿਚਕਾਰ ਭਾਈ ਮੇਜਰ ਸਿੰਘ ਜੀ ਆਗਲੀਆਂ ਤੋਂ, ਭਾਈ ਸੁਖਵਿੰਦਰ ਪਾਲ ਸਿੰਘ ਜੀ ਆਗਲੀਆਂ ਤੋਂ,